ਹੋ ਆਈ 9.1 ਤੇ 93.1 FM ਤੇ ਸ਼ਾਮ ਨੂੰ ਤੁਸੀਂ ਦਾ ਈਵਨਿੰਗ ਸ਼ੋਅ ਵਿੱਚ ਹਰਪ੍ਰੀਤ ਸਿੰਘ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰਾ ਨਾਮ ਰਾਜ ਸਿੰਘ ਭੰਡਾਰ ਜੀ ਸ਼ਾਮਲ ਹੋਣਗੇ ਅਤੇ ਓਵਰਕਾਸਟ ਐਗਜ਼ਿਬਿਸ਼ਨ ਹੇਟਕਾਸਟਿੰਗ ਅਗੇਂਸਟ ਕੈਨੇਡੀਅਨਸ ਇਹ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੀ ਐਗਜ਼ਿਬਿਸ਼ਨ ਦੇ ਬਾਰੇ ਅਤੇ ਨਾਲ ਹੀ ਇਸ ਵਿੱਚ ਇਸ ਇਨਵਾਲਫਟ ਕੀਤੀ ਜਾ ਰਹੀ ਪ੍ਰੋਸੈਸ ਵਿੱਚ ਕਾਫੀ ਚੀਜ਼ਾਂ ਤੇ ਫੋਕਸ ਕੀਤਾ ਗਿਆ ਸੀ ਇਸਮਾਨ ਵਿੱਚ ਆਉ ਸ਼ਾਮਲ ਕਰਦੇ ਰਾਜ ਸਿੰਘ ਪੰਡਾਲ ਜੀ ਨੂੰ ਤੇ ਉਹਨਾਂ ਕੋ ਨੋਕ ਜਾਣ ਕਰਦੇ ਰਾਜ ਸਰਬ ਜੀ ਜੀ ਆਨੁਸ਼ਾਸਿਕ ਗੁਰ ਵੀਰ ਜੀ ਔਰ ਸਾਰੇ ਸੁਰਨਾੜੇ ਨੂੰ ਵੀ ਮੇਰੇ ਤਰਫੋਂ ਸਤਿਕਾਰ ਜੀ ਪੰਡਾਲ ਸਾਹਿਬ ਸਾਨੂੰ ਦੱਸੋ ਕਿ ਉਹ ਜਿਹੜੀ ਐਗਜ਼ੀਬਿਸ਼ਨ ਹੈਗੀ ਹੈ ਜਿਹੜੀ ਬਰਬੀ ਮਿਊਜ਼ੀਅਮ ਵਿੱਚ ਹੈਗੀ ਸੀ ਇਹ ਕਿਸ ਚੀਜ਼ ਤੇ ਫੋਕਸ ਕੀਤਾ ਗਿਆ ਤੇ ਇਹਦਾ ਵਿਰੋਧ ਵੀ ਹੋਇਆ ਕੀ ਚੱਲ ਕੀ ਰਿਹਾ ਹੈ ਜੀ ਜੀ ਇਹ ਕਿਨ ਆਪਣੇ ਪ੍ਰੋਫੈਸਰ ਸਾਹਿਬ ਨੇ ਜੀ ਉਹਨਾਂ ਨੇ ਕੁਝ ਵੀਡੀਓ ਪਾਈਆਂ ਸੀਗੀਆਂ ਆਨਲਾਈਨ ਤੇ ਉਹ ਅਸੀਂ ਦੇਖੀਆਂ ਫਿਰ ਅਸੀਂ ਸੋਚਿਆ ਕਿ ਉਹਨਾਂ ਖੁਦ ਜਾ ਕੇ ਦੇਖੀ ਕਿ ਉਹਦੇ ਵਿੱਚ ਇਸ਼ੂਸ ਸੀ ਨਾ ਪ੍ਰੋਬਲਮਸ ਸੀ ਨਾ ਸੋ ਇਸੇ ਚਾਰ ਦੋਸਤ ਇਕੱਠੇ ਹੋ ਕੇ ਗਏ ਤੇ ਅਸੀਂ ਉਹਨੂੰ ਬੜਾ ਅੱਛੀ ਤਰ੍ਹਾਂ ਤੇ ਸਮਾ ਲਾ ਕੇ ਦਿਖਾਇਆ ਉਹਦੇ ਵਿੱਚੋਂ ਜਿਹੜਾ ਉਹਦਾ ਕਰੈਕਸ਼ ਨਿਕਲਦਾ ਨਾ ਜਿਹਦੀ ਪਲਸ ਨਿਕਲਦੀ ਹੈ ਉਹ ਇਹ ਫਿਰ ਵੈਸੇ ਤਾਂ ਐਂਟੀ ਰੈਸਿਜ਼ਮ ਦੀ ਤੌਰ ਤੇ ਉਹਨੂੰ ਦੱਸਿਆ ਜਾ ਰਿਹਾ ਹੈ ਪਰ ਉਹ ਸਖੰਡੇ ਖਿਲਾਫ ਪੰਜਾਬੀਆਂ ਦੇ ਖਿਲਾਫ ਤੇ ਜੱਟਾਂ ਦੇ ਖਿਲਾਫ ਇਹ ਇਦਾਂ ਫੋਕਸ ਕੀਤਾ ਗਿਆ ਉਹਨੂੰ ਹਮਮ ਔਰ ਉਹਦੇ ਵਿੱਚ ਲੈਟ ਔਰ ਪੈਨਲ ਲੱਤੀ ਜ ਨੇ ਵੱਖਰੇ ਵੱਖਰੇ ਔਰ ਉਹਨਾਂ ਪੈਨਲਸ ਤੇ ਜਿਹੜੀ ਸ਼ਬਦਾਵਲੀ ਹੈ ਉਹਨੂੰ ਬੜੀ ਮੈਨੂ ਚਲਾਕੀ ਵਰਡ ਯੂਜ਼ ਕਰਾਂਗਾ ਬੜੀ ਚਲਾਕੀ ਨਾਲ ਜੇ ਵੈਸੇ ਤੁਸੀਂ ਸਰਸਰੀ ਨਜ਼ਰ ਮਾਰੋ ਤੇ ਸ਼ਾਇਦ ਤੁਹਾਨੂੰ ਨਾ ਪਤਾ ਲੱਗੇ ਜਿੱਦਾਂ ਫੋਰ ਐਗਜ਼ਾਮਪਲਸ ਆਪਰੇ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਆ ਪਵਰਸਿੰਗ ਉਹਨਾਂ ਨਾਲ ਬੀ ਆਰ ਅੰਬੇਦਕਰ ਨਾਲ ਫੂਲਨ ਦੇਵੀ ਨਾਲ ਲੌਦੀਤਪੁਰ ਨਾਲ ਤਨਿਤ ਪੈਂਸਰ ਨਾਲ ਤਾਂ ਗੈਨੀ ਦਿੱਸੇ ਉਹਨਾਂ ਨਾਲ ਕੰਪੇਅਰ ਕੀਤਾ ਹੋਇਆ ਕਿ ਇਹ ਰੈਡੀਕਲ ਰੈਵਿਊਲੂশনারੀ ਸੀ ਸੋ ਪਵਰਸਿੰਗ ਉਹਨਾਂ ਨੂੰ ਡਾਊਟ ਰੈਡੀਕਲ ਰੈਵਿਊਲੂশনারੀ ਸੀ ਕਿ ਅੰਬੇਦਕਰ ਸਾਹਿਬ ਸੀ ਫੂਲਨ ਦੇਵੀ ਵੀ ਸੀ ਪਰ ਉਹਦੇ ਵਿੱਚ ਸਾਡੇ ਗੁਰੂ ਸਾਹਿਬ ਦਾ ਜ਼ਿਕਰ ਆਉਣਾ ਇਹ ਕੁਛ ਅੱਛੀ ਗੱਲ ਨਹੀਂ ਹੈ ਜੀ ਇਹ ਇਸ ਤਰ੍ਹਾਂ ਕੁਝ ਗੁਨਾਹ ਦੇ ਜੀ ਕੋਟ ਕੀਤੀ ਹੋਈ ਹੈ ਇੱਕ ਔਰ ਉਹ ਕੋਈ ਸਾਨੂੰ ਲੱਭੀ ਨਹੀਂ ਕਿਉਂਕਿ ਉਹ ਸਿਰਫ ਇੰਗਲਿਸ਼ ਟ੍ਰਾਂਸਲੇਸ਼ਨ ਹੈ ਉੱਥੇ ਇਹ ਇਹ ਸਿਹਤ ਆ ਜਿਹੜੇ ਭਗਤ ਰਵਿਦਾਸ ਹੋਣੀਆਂ ਉਹਨਾਂ ਦਾ ਡੇਟ ਆਫ ਬਰਥ ਪਤਾ ਨਹੀਂ ਉਹਨਾਂ ਨੇ ਕਿੱਥੋਂ ਲਿਆ ਹੋਇਆ ਇਸ ਤਰ੍ਹਾਂ ਉਹਦੇ ਇਸ ਤਕਰੀਬਨ 3 ਤੋਂ ਵਰਦ ਕੰਫਿਊਨ ਨੇ ਜਿਹੜੀਆਂ ਐਸੀ ਨੋਟਿਸ ਕੀਤੀਆਂ ਨੇ ਔਰ ਉਹ ਬਰਬੀ ਵਿਲੀਟੀ ਮਿਊਜ਼ੀਅਮ ਉਹਨਾਂ ਦੇ ਫੇਸਬੁਕ ਪੇਜ ਤੇ ਜਾਓਗੇ ਤੁਸੀਂ ਉੱਥੇ ਕਾਫੀ ਕਹਿਸਾ ਰਿਵਲ ਕੇ ਕਾਫੀ ਲੋਕਾਂ ਨੇ ਇਨਪੁੱਟ ਦਿੱਤੀ ਰਹੀ ਹੈ ਤੇ ਸਰੀਰਨ ਪਿਆਬ ਹੋ ਗਿਆ ਕਮੈਂਟਸ ਪਏ ਹੋਏ ਨੇ ਜਿਸ ਤਰ੍ਹਾਂ ਕਿਸੇ ਦੀ ਕੈਪੇਬਿਲਿਟੀ ਕਪੈਸਿਟੀ ਹੈ ਜਿਹਨੂੰ ਜਿੰਨਾ ਦਰਦ ਹੈ ਨਾ ਉਸ ਹਿਸਾਬ ਨਾਲ ਉਹ ਉੱਥੇ ਡਿਬੇਟ ਹੋਦੀ ਹੈ ਕੋਈ ਸ਼ਬਦਿੱਖੇ ਵੀ ਨੇ ਸੋ ਉਹ ਆਪਣੇ ਜਿਹੜੇ ਲਿਫਟਰ ਰੱਖੋ ਜਾਂ ਤੇ ਦੇਖ ਸਕਦੇ ਨੇ ਸੋ ਇਹ ਅਜੇ ਵੀ ਚੱਲ ਰਹੀ ਹੈ ਜੀ ਐਗਜ਼ੀਬਿਸ਼ਨ ਹਾਂ ਜੀ ਇਹ ਇਹ ਹੋਇਆ ਜੀ ਜੀ ਕਿੰਨੇ ਕਿੰਨੇ ਲਾਈਏ ਜੀ ਕੌਣ ਹਨ ਇਹ ਜਿਹਨਾਂ ਨੇ ਸ਼ੁਰੂਆਤ ਕੀਤੀ ਇਸ ਦੇ ਇਹ ਜਿਹੜੇ ਵਿੱਚ ਨਾ ਮੇਨਸ ਦਾ ਜਿਹੜਾ ਆਰਗੇਨਾਈਜ਼ਰ ਨੇ ਅਪੋਇਟ ਕੀਤਾ ਇਸ ਫਸਟ ਨੇ। ਔਰ ਇਹ ਫੈਡਰਲੀ ਫੰਡਡ ਐਗਜ਼ੀਬਿਸ਼ਨ ਹੈ ਇਹ। ਔਰ ਇਹ ਵਿੱਚ ਕਾਫੀ ਸਸਤਾਵਾਂ ਦੇ ਨਾਮ ਲਿਖੇ ਗਏ ਰਿਲੇਜਰ ਦਾ ਥੈਂਕ ਯੂ ਵੀ ਕੀਤਾ ਹੋਇਆ ਤੇ ਜਿਹੜੇ ਅਕੈਡੈਮਿਕ ਪਾਰਟਨਰਸ ਨੇ ਉਹ ਤਕਰੀਬਨ ਅਤੀਦਰਜਣ ਤੋਂ ਬਾਅਦ ਨੇ। ਉਹਨਾਂ ਦੇ ਵਿੱਚ ਯੂਸੀ ਡੇਵਿਸ ਯੂਨੀਵਰਸਿਟੀ ਵੀ ਹੈ ਜਿਹੜੀ ਅਮਰੀਕਾ ਲੈ। ਯੂਸੀ ਅਰਵਨ ਵੀ ਹੈ ਉਹ ਵੀ ਅਮਰੀਕਾ ਨੇ। ਬਾਕੀ ਯੂਵੀਸੀਡੀ ਹੈ ਸਾਊਥ ਏਸ਼ੀਆਨ ਕਨੈਰੀ ਡਿਜੀਟਲ ਆਰਟਿਸਟ ਵੀ ਨੇ। ਉਹ ਫੋਟੋ ਜੀਨਸ ਫਰਦੀ ਇਫ ਹੀ ਪੁੱਟ ਆਰ ਟੂ ਐਸ ਲੀਵੀ ਨੇ ਤਾਂ ਆਰਡਰ ਇਸੀ ਡਾਊਨ Town ਤੋਂ ਇੱਕ ਲਾਫਰ ਮਾਇਰ ਕੀਤੀ ਗਈ ਆ ਵਿਦ ਦਾ ਲਿਟੀਗੇਸ਼ਨ ਲਾਇਰਸ ਉਹਨਾਂ ਨਾਲ ਐਲਨ ਮੈਕਮਿਲਨ ਨੇ ਉਹ ਲਿਟੀਗੇਸ਼ਨ ਤੇ ਉਹਨਾਂ ਨੇ ਇਹ ਸਾਰੀ ਜਿਹੜੇ ਐਕੈਡੈਮਿਕ ਪਾਰਟਸ ਦੇ ਸਵਾਲ ਕੀਤੇ ਗਏ ਕਿ ਥੋੜੀ ਇਹਦੇ ਵਿੱਚ ਕੀ ਸਮਝ ਆ ਹਾਂ ਆਰਡਰ ਲਿਟੀਗੇਟੀ ਵੀ ਸਵਾਲ ਕੀਤਾ ਗਿਆ ਜੀ ਜੋ ਉੱਥੇ ਲਿਖਿਆ ਹੋਇਆ ਉਹਦੇ ਤੇ ਤੁਸੀਂ ਫਾਈਨਲ ਸੀ ਲਾਈ ਸੀਗੀ ਵੀ ਯੂਅਰ ਅਲਾਉਡ ਟੂ ਡੂ ਇਟ ਜੀ ਕਿ ਵੈਸੇ ਕੋਈ ਪ੍ਰੋਫੈਸਰ ਹੈ ਜਿਨ੍ਹਾਂ ਦੇ ਕੋਈ ਮਹਬਰੀ ਡੀਟੈਲਸ ਹਨ ਜਾਵਾ ਉਹਨਾਂ ਦੇ ਪਰ ਤੁਸੀਂ ਦੇਖ ਸਕਦੇ ਹੋ ਉੱਥੇ ਕਿ ਉਹਨਾਂ ਦੇ ਕੋਈ ਆਪਣੇ ਇਸ਼ੂ ਨੇ ਕਮਿਊਨਿਟੀ ਨਾਲ ਜਾਂ ਵਿਦਨ ਫੈਮਲੀਆਂ ਕਿ ਉਹ ਆਪਣੇ ਆਪ ਵੱਲੋਂ ਕਰ ਰਹੇ ਨੇ ਔਰ ਉਹਨਾਂ ਨੇ ਯੂਨੀਵਰਸਿਟੀਜ਼ ਦੇ ਨਾਮ ਦਿੱਤੇ ਹੋਏ ਇਸ ਫਰੀ ਦੇ ਬਾਰੇ ਥੋੜੀ ਫੈਰਤੀ ਚਾਈਦੀ ਸੀ ਹੈ ਹੈ ਸੋ ਅਲਰੇਡੀ ਜਨ ਨਾਲ ਸੰਪਰਕ ਕੀਤਾ ਗਿਆ ਜੀ ਅਮ ਜਿਹੜੀਆਂ ਆਪਣੀ ਹਾਂ ਜੀ ਉਹ ਆਪਣੀ ਲਾਇਰ ਰੂਮ ਨੂੰ ਚਿੱਠੀ ਚਲੀ ਗਈ ਹੈ ਔਰ ਵਿੱਚ 26 ਸਤੰਬਰ ਵੀ ਨੇ ਜਨਰਲ ਕੀਤਾ ਉਹ ਕਹਿ ਰਹੇ ਨੇ ਕਿ ਸਾਨੂੰ 2 ਸਾਲ ਪਹਿਲਾਂ ਐਜ਼ ਅ ਐਂਟੀ ਰੈਸਿਜ਼ਮ ਦੇ ਨਾਮ ਤੇ ਲੈ ਸਾਡੇ ਤੋਂ ਲੈਟਰ ਲੈ ਲਏ ਸੀਗੇ ਹਮਮ ਤਾਂ ਸਾਨੂੰ ਇਹ ਤਾਂ ਨਹੀਂ ਸੀ ਪਤਾ ਕਿ ਇਥੇ ਡੀਟੇਲ ਚ ਲਿਖਿਆ ਕੀ ਜਾਏਗਾ ਜੀ ਇਹ ਠੀਕ ਸੋ ਇਹਦੇ ਵਿੱਚ ਰਾਜੀ ਜਿਸਨ ਤੁਹਾਨੂੰ ਦੱਸਿਆ ਕਿ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਅ ਥੇਸ ਪਹੁੰਚਾਉਂਦੀਆਂ ਹੈਗੀਆਂ ਨੇ ਤੇ ਖਾਸ ਤੌਰ ਤੇ ਫੈਡਰਲ ਫੰਡਿੰਗ ਵੀ ਲਈਏ ਇਸ ਨੂੰ ਐਸ ਇ ਡਿਸਟ੍ਰਿਬਿਊਸ਼ਨ ਨੂੰ ਸੋ ਇਹੋ ਜੇ ਕੰਮ ਅੱਗੇ ਤੋਂ ਨਾ ਹੋਣ ਜਾਂ ਕੋਈ ਐਸਾ ਪੈਨਲ ਹੋਏ ਜਿਹੜਾ ਕਿ ਇਹਨਾਂ ਸਾਰਿਆਂ ਨੂੰ ਪਹਿਲਾਂ ਮਾਨੀਟਰ ਕਰੇ ਫਿਰ ਇਹ ਅੱਗੇ ਜਾ ਕੇ ਲੋਕਾਂ ਤੱਕ ਪਹੁੰਚੇ ਕੀ ਮੰਗ ਕਰਦੇ ਉਹਦੇ ਸਹੀ ਮੰਗ ਕੀ ਸਾਰੇ ਜਿਹੜੇ ਜਦੋਂ ਤੁਸੀਂ ਰੇਸਿਜ਼ਮ ਦੇ ਨਾਮ ਤੇ ਗੱਲ ਹੋਣੀ ਚਾਹੀਦੀ ਆ ਜਿੱਥੇ ਵੀ ਪ੍ਰੈਸ਼ਨ ਹੋ ਰਿਹਾ ਆ ਤੁਹਾਨੂੰ ਐਸ ਇ ਸਿੱਖ ਐਸ ਇ ਪੰਜਾਬੀ ਜਿੱਦਾਂ ਵੀ ਤੁਸੀਂ ਆਪਣੇ ਨੂੰ ਕੋਈ ਆਇਡੈਂਟੀਫਾਈ ਕਰਦਾ ਆਪਾਂ ਉਹਦੇ ਨਾਮ ਖੜਨਾ ਚਾਹੀਦਾ ਕੋਈ ਚ ਕੋਈ ਦੂਰ ਆਉਣਾ ਨਹੀਂ ਹੈਗਾ ਨਾ ਆਫਤ ਤਾਂ ਸਾਂਝੀ ਵਾਲ ਸਦੀ ਗੱਲ ਕਰਦੇ ਆ ਪਰ ਹੁਣ ਪ੍ਰਸ਼ਨ ਇਹ ਹੈ ਕਿ ਜਦੋਂ ਤੁਸੀਂ ਇੱਕ ਫੈਡਰਲੀ ਫੰਡਡ ਐਗਜ਼ੀਬਿਸ਼ਨ ਦੇ ਵਿੱਚ ਇੱਕ ਸਟੀਰੀਓਟਾਈਪੀਕਲ ਸਟੇਟਮੈਂਟਸ ਦਉਂਗੇ ਜਿਵੇਂ ਸਖ ਯਾ ਤੇ ਸਕੇ ਮੈਂ ਲਾਉਂਗੀ ਕਿ ਸਾਰੇ ਸਿੱਖ ਇਦਾਂ ਦੇ ਨੇ ਯਾ ਸਾਰੇ ਪੰਜਾਬੀ ਇਦਾਂ ਦੇ ਨੇ ਯਾ ਸਾਰੇ ਜਾਟ ਇਦਾਂ ਦੇ ਨੇ ਫਿਰ ਉਹ ਮੇਰੀ ਵੇਰਾ ਜਾਤੀ ਹੈ ਨਹੀਂ ਕੋ ਕੈਨੇਡਾ ਦੀ ਕੋਈ ਚੰਦਰਲੀ ਹੈਗੀ ਇਹ ਇਹਦੇ ਨਾਲ ਜਿਹੜੀ ਗਵਰਨਮੈਂਟ ਉਹਦੀ ਇੰਟੈਂਸ਼ਨ ਦੇਖੋ ਐਸੇ ਕਿੰਨੀ ਚੰਗੀ ਹੈ ਕਿ ਅੰਟੀ ਰੈਸਿਸਟਲ ਦੇ ਲੀਓ ਫੰਡ ਦੇ ਰਹੇ ਨੇ ਜੀ ਪਰ ਜਿਹੋ ਦੇ ਨਾਲ ਪਾੜਾ ਪੈ ਰਿਹਾ ਫਿਰ ਆਪਾਂ ਨੂੰ ਜਿੱਦਾਂ ਤੁਸੀਂ ਰਿਜ਼ਰਵ ਕੀਤਾ ਕੋਈ ਨਾ ਕੋਈ ਗਵਰਨਿੰਗ ਬਾਡੀ ਇਹਦੇ ਉੱਪਰ ਹੋਣੀ ਚਾਹੀਦੀ ਐਸਾ ਨਾਲ ਜਿਸ ਤਰ੍ਹਾਂ ਉਹ ਫੇਸਬੁੱਕ ਤੇ ਉੱਪਰ ਕੁਝ ਸਵਾਲ ਆਏ ਨੇ ਵੀ ਇਹਦੀ ਫੰਡਿੰਗ ਦੱਸੋ ਕਿੱਦਾਂ ਹੋਣੀ ਆ ਕਿਉਂਕਿ ਇਟ ਇਜ਼ ਅ ਟਰੈਵਲਿੰਗ ਐਗਜ਼ੀਬੀਸ਼ਨ ਰਾਈਟ ਇਹ ਮਈ ਫਰਚਨਲੀ ਸ਼ੁਰੂ ਹੋ ਜਾਣੀ ਹੈ ਜੀ ਔਰ ਇਹਦੇ ਵਿੱਚ ਅੱਜ ਤੱਕ ਕਾਫੀ ਬਾਕਸਾਂ ਅਸੀਂ ਫੜ ਰਹੀਏ ਆਪਣੇ ਚੰਕੀਲੇ ਉਹਨਾਂ ਦੀ ਉਹਨਾਂ ਦੀ ਸਤਵੀਰ ਲਗਾ ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਅਮਰਜੋਥਾ ਦੀ ਪਤਨੀ ਜੀ ਜਨਾ ਦੀ ਵਾਈਫ ਉਹ ਇੱਕ ਜਟਾ ਦੀ ਧੀ ਸੀ ਔਰ ਜਟਾ ਨੂੰ ਉਹ ਪਸੰਦ ਨਹੀਂ ਸੀ ਇਸ ਕਰਕੇ ਉਹਨੇ ਮਾਰ ਦਿੱਤੀ ਔਰ ਹਾਲਾਂਕਿ ਮੈਂ ਵੈਸੇ ਜਾਤ ਮੈਂ ਤਾਂ ਪਲੀ ਨਹੀਂ ਕਰਦਾ ਜੀ ਮੈਂ ਇtanto ਨਹੀਂ ਕਹਾਵਾਂਗਾ ਕਿ ਕਿਹੜਾ ਦੀ ਕੁੜੀ ਸੀ ਔਰ ਉਹ ਜਟਾ ਦੀ ਤੀਨੀ ਦੀ ਉਹ ਸੋ ਜਿਹਨਾਂ ਨੇ ਇਹ ਫੈਕਟ ਟ ਇਕੱਠੇ ਕੀਤੇ ਉਹ ਕੁਝ ਉਹਨਾਂ ਨੇ ਜ਼ਿਆਦਾ ਵਰਕ ਨਹੀਂ ਕੀਤਾ ਨਾ ਉਹਨਾਂ ਦੇ ਇੰਟੈਚ ਨਹੀਂ ਸੀ ਕਿ ਐਸੀ ਇੱਕ ਕੰਟਰੋਵਰਸੀ ਜਾਣਬੁੱਝ ਕੇ ਕ੍ਰੀਏਟ ਕਰਨੀ ਹੈ ਸੋ ਡਿਸਟਾਰਟ ਕਰਕੇ ਗੱਲਾਂ ਪੇਸ਼ ਕੀਤੀਆਂ ਇਹ ਤੁਹਾਡਾ ਇਹ ਕਹਿਣਾ ਹੈ ਅੱਜ ਡਿਸਟਾਰਟ ਪਾਈ ਇਹਦਾ ਨਾਮ ਐਸੀ ਤਾਂ ਸੋਚਦੇ ਦਾ ਨਾਮ ਹੋਵੇ ਕੈਸ ਦੀ ਬਿਅਰੀ ਹਿੱਟ ਐਸੇ ਵਾਜ ਉਹਦਾ ਹੂੰ ਹੂੰ ਜੋਸੇਪਾਸਿਲਾ ઓਏ ਹੋ ਯਾਰੀ ਆ ਰਾਈਟ ਸੋ ਆਫ ਕੋਰਸ ਹੁਣ ਲੀਗਲ ਮੁੱਦਾ ਹੈਗਾ ਜੀ ਇਹਦੇ ਵਿੱਚ ਹੁਣ ਇਹਨਾਂ ਨੂੰ ਜਾ ਚੁੱਕਿਆ ਹੈ ਨੋਟਿਸ ਤੁਹਾਡੇ ਲਾਇਰਸ ਕੋਲੋਂ ਥੋੜੀ ਜੀ ਗੱਲ ਕਰੀ ਬੰਜਾਰਾ ਨੋਰਮਲ ਕਲੈਕਸ਼ਨ ਜਿਹੜੀ ਹੈਗੀ ਇਹ ਕੀ ਹੈਗਾ ਜੀ ਅਮ ਐਸੀ ਜੀ ਕੁਝ ਦੋਸਤਾਂ ਜੀ ਇਕੱਠੇ ਹੋ ਗਏ ਤੇ ਅਸੀਂ ਸਿਲੇਕਸ਼ਨ ਕੀਤੀ ਹੋਈ ਆ ਆਪਣੀ ਉਸ ਖੇਤੇ ਦੇ ਉੱਪਰ ਕਲਕੱਤਾ ਤੋਂ ਲੈ ਕੇ ਤਕਰੀਬਨ ਅਫਗਾਨਿਸਤਾਨ ਤੱਕ ਹੂੰ ਹੂੰ ਫੋਰ ਆਫ ਕਿਨੋਏ ਤੋਂ ਲੈ ਕੇ ਅਮ ਆ ਵੀਦੇ ਟਾਰਟਕਲ ਕੁਛ ਕਿਤਾਬਾਂ ਇਸ ਟ੍ਰਿਪਲ ਮੈਡਲਸ ਨੇ ਇਸ ਤਰ੍ਹਾਂ ਵੱਖਰੀ ਵੱਖਰੀ ਚਾਹਾਂ ਨੇ ਅਰਸੀ ਇੱਕ ਐਗਜ਼ੀਬਿਸ਼ਨ ਇਸ ਵਕਤ ਕੋ ਸਰੀ ਮਿਜ਼ੀਆਂ ਚ ਵੀ ਲਗਾਈ ਹੋਈ ਹੈ ਉਹਦਾ ਨਾਮ ਹੈਗਾ ਜੀ ਲਾਹੌਰ ਤੋਂ ਲੰਡਨ ਓਕੇ A ਜਰਨੀ ਆਫ ਚੜਦੀ ਕਲਾ ਸੋ ਉਹਦੇ ਵਿੱਚ 1849 ਤੋਂ ਲੈ ਕੇ 1919 ਤੱਕ ਇੱਕ ਚੋਦੀ ਜੀ ਚਾਤ ਮਾਰੀ ਹੋਈ ਹੈ ਉਸੇ ਕੰਜ਼ੀਬਿਸ਼ਨ ਹੈ ਉਹਦੇ ਵਿੱਚ ਸਿੱਖ ਇਤਿਹਾਸ ਦੀ ਗੱਲ ਹੈ ਮਹਾਰਾਜਾ ਦਲੀਪ ਸਿੰਘ ਦੀ ਗੱਲ ਹੈ ਸੋਸ਼ੀਆ ਦਲੀਪ ਸਿੰਘ ਦੀ ਉਹਨਾਂ ਦੀ ਖੁੱਤੀ ਸਬਸਕ੍ਰਾਈਬ ਤੋਂ ਕਰਦੀ ਉੱਥੇ ਰਿਟਰ ਦਲੀਪ ਸਿੰਘ ਦਾ ਪੀਐਸਐਲ ਉੱਥੇ ਕੋਈ ਇਸ ਤਰ੍ਹਾਂ ਆਈ ਦੋਸਤਾਂ ਨੇ ਇਕੱਠੇ ਹੋ ਕੇ ਕਾਫੀ ਚੀਜ਼ਾਂ ਲੈ ਕੇ ਉੱਥੇ ਅਸੀਂ तकरीबन 40-42 ਚੀਜ਼ਾਂ ਰਸਵੀਆਂ ਨੇ ਔਰ ਉਹਦੀ ਫ੍ਰੀ ਐਡਮਿਸ਼ਨ ਹੈ ਕੋਈ ਦੇਖ ਰਵੇ ਯਾਖੇ ਕਤਲ ਤੋਂ ਲੱਗੀ ਸੀ ਜੀ ਕਦ ਤੱਕ ਚੱਲਣੀ ਫੈਬਰੀ ਤੋਂ ਲੈ ਕੇ ਇਹਦੀ ਮੇ ਨਾਈਟ ਤੱਕ ਚੱਲਣੀ ਹੈ ਜੀ ਐਸ ਹੈ ਕੀ ਰਿਸਪੌਂਸ ਆ ਰਹੇ ਜਦੋਂ ਇਹ ਵਾਰੀਆਂ ਐਗਜ਼ੀਬਿਸ਼ਨਸ ਲੱਗਦੀਆਂ ਨੇ ਰਾਜੀ ਉਹਦੇ ਵਿੱਚ ਕਿੰਨਾ ਕੁ ਰਿਸਪੌਂਸ ਖਾਸ ਤੌਰ ਤੇ ਯੰਗਸਟਰਸ ਨੂੰ ਦੋਨੋਂ ਮਿਲਦਾ ਹੈ ਰਿਸਪੌਂਸ ਬਹੁਤ ਅੱਛਾ ਹੈ ਜੀ ਅ ਸਿੱਕ ਕਲਨੋਜ਼ਾ ਟਾਵਰ ਇਹਨਾਂ ਵੜਾਇਆ ਪਰ ਜਿਹੜੇ ਨੌਨ ਸਿੱਧ ਦੂਸਰੀਆਂ ਕਾਮਾਂ ਵੀ ਜਾ ਰਹੀਆਂ ਨੇ ਨਾ ਉਹ 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 ਆਪਣੇ ਇਤਿਹਾਸ ਬਾਰੇ ਦੇਖ ਰਹੀਆਂ ਨੇ ਉੱਥੇ ਜਾ ਕੇ ਔਰ ਜੋ ਉੱਥੇ ਸੀ ਪੈਨਲਾਂ 'ਤੇ ਲਿਖਿਆ ਹੋਇਆ ਉਹ ਕੋਸ਼ਿਸ਼ ਇਹ ਕੀਤੀਏ ਦੀ ਅਸੀਂ ਕਮਿਊਨਿਟੀ ਜੀ ਨੂੰ ਕਰੈਕਟ ਕਰੀਏ ਹਮਮ ਔਰ ਜਿਹੜਾ ਸਰੀ ਮਿਊਜ਼ੀਅਮ ਦਾ ਸਟਾਫ ਹੈ ਉਹ ਬੜਾ ਹੈਲਪਫੁਲ ਸੀਗਾ ਸਾਡੇ ਨਾਲ ਔਰ ਅਸੀਂ ਤਕਰੀਬਨ 8 ਮਹੀਨੇ ਲਾ ਕੇ ਬੈਕ ਐਂਡ ਫੋਰਥ ਜਿਹੜਾ ਉਹਦੇ ਵਿੱਚ ਸ਼ਬਦ ਲਿਖੇ ਹੋਏ ਨੇ ਜੀ ਉਹਨਾਂ ਤੇ ਬਹੁਤ ਬਾਰ ਕੀਤਾ ਗੱਲ ਕਿ ਕਿਸੇ ਦੇ ਖਿਲਾਫ ਚਾਹੇ ਜਾਂ ਚਾਹੇ ਵਿੱਚ ਕੋਈ ਕੋਈ ਜਿਹੜੀ ਅੱਛੀ ਗੱਲ ਨਾ ਹੋਵੇ ਕੋਈ ਉਹ ਸਾਡੇ ਤੋਂ ਲਿਖਣਾ ਹੋ ਜਵੇ ਤੇ ਤਾਂ ਪਰ ਉਹ ਉਹ ਲਿਖਦੇ ਲਿਖਦੇ ਅਸੀਂ ਇਹ ਵੀ ਖਿਆਰ ਰੱਖਿਆ ਕਿ ਸਾਡੀ ਥੌਟ ਡਿਊਟ ਨਾ ਹੋਵੇ ਤੋਂ ਜੀ ਜੀ ਉਸ ਚਰਦੀ ਕਲਾ ਦੀ ਗੱਲ ਕਰਦੇ ਆਂ ਇਸੀ ਪੋਜ਼ਿਟਿਵਿਟੀ ਵਿੱਚ ਜੀ ਗੱਲ ਕਰਦੇ ਆ ਅਸੀਂ ਕੈਨੇਡਾ ਫਾਰਨ ਉਸ ਨੇ ਨਾ ਦ ਨੀਰਲੀ ਸਾਡਾ ਕੈਨੇਡਾ ਤਾਂ ਹੀ ਸੌਂਗ ਹੋਏਗਾ ਜੇ ਉਹ ਪੋਜ਼ਿਟਿਵ ਥਿੰਕਿੰਗ ਤੇ ਜਾਏਗਾ ਉਹ ਸਪੂਟ ਤੇ ਜਾਏਗਾ অল ਟਾਈਮ ਹਮਮ ਤੋ ਉਹ ਤੱਦੀ ਖਲਾਸਾ ਕਨਸੈਪਟ ਇਨ ਦੇ ਨਾਲ ਮੇਲ ਖਾਂਦਾ ਜੀ ਜੀ ਉਸ ਨਾਲ ਜੀ ਸਾਊਥ ਏਸ਼ੀਅਨ ਮਿਊਜ਼ੀਅਮ ਜੁੜਾ ਹੈਗਾ ਜਿਸ ਦੇ ਬਾਰੇ ਵੀ ਕਾਫੀ ਚਰਚਾ ਹੋ ਰਹੀ ਹੈ ਉਹਦੇ ਬਾਰੇ ਸਾਨੂੰ ਦੱਸੋ ਕਿ ਕੀ ਹੈਗਾ ਜੀ ਉਹਦੇ ਬਾਰੇ ਜੀ ਜੀ ਸਾਊਥ ਏਸ਼ੀਅਨ ਅੱਜ ਦੀ ਜੇ ਅਸੀਂ ਥੋਟ ਅਬਾਊਟ ਦੀ ਜੇ ਬੜੀ ਜ਼ੋਰ ਨਾਲ ਮੁਖਾਰਕਤ ਕਰਦੇ ਆ ਸਰਡੇਨੀ ਅਜੀਡੀ ਤਰਮਿਆ ਇਜ਼ ਇਸ ਇਸ ਰਿਡਕਟਿਵ ਐਂਡ ਰਿਪਰੈਸਿਵ ਆ ਇਹ ਸਭ ਗਾੜ ਵਰ ਦਾ ਸ਼ਬਦ ਲੱਗਦਾ ਪਰ ਉਹਦੀ ਹੁਣ ਕੰਸੈਂਟ੍ਰੇਸ਼ਨ ਹੋ ਰਹੀ ਹੈ ਔਰ ਉਹਨਾਂ ਨੇ ਅਸੀਂ ਕਾਫੀ ਲੈਂਗੁਏਜ ਚੇਂਜ ਕਰ ਦਿੱਤੀ ਹੈ ਉਹਦਾ ਰੈਦਰ ਦੈਨ ਕਾਲਿੰਗ ਇਟ ਸਾਊਥ ਏਸ਼ੀਅਨ ਮੀਡੀਅਮ ਉਹ ਕਹਿੰਦੇ ਨੇ ਸਿ ਮਿਊਜ਼ੀਅਮ ਫੋਰ ਕੈਨੇਡੀਅਨਸ ਆਫ ਸਾਊਥ ਏਸ਼ੀਅਨ ਹੈਰੀਟੇਜ ਇਸ ਇਵਨ ਹੈਰੀਟੇਜ ਨੂੰ ਪਲੂਰਲ ਕਰ ਦਿੰਦਾ ਕਿਉਂਕਿ ਸਾਡੀ ਸ਼ਿਕਾਇਤ ਸੀ ਜੀ ਬੈਂਟੀ ਜੀ ਦੀ ਉਹਨਾਂ ਕੋਲ ਰਹਿਤਰ ਕਿ ਜਦੋਂ ਤੁਸੀਂ ਉਹ ਕੱਲਾ ਦੀ ਲਿਖਦੇ ਹੋ ਨਾ ਸਾਊਥ ਏਸ਼ੀਆਨ ਹੈਰੀਟੇਜ ਉਹ ਵੀ ਜਿਹੜੇ ਉਸ ਕਰਨ ਨੂੰ ਮੰਨਦੇ ਨੇ ਤੁਸੀਂ ਉਹਨਾਂ ਦੀ ਆਇਡੈਂਟੀਟੀ ਡਿਲੀਊਟ ਕਰਦੇ ਹੋ ਉਹ ਤੁਹਾਨੂੰ ਉਹ ਜਿਹੜੇ ਮੰਨਦੇ ਨੇ ਉਹਨਾਂ ਨੂੰ ਵੀ ਪੂਰਾ ਪ੍ਰੋਪਰ ਰਿਸਪੈਕਟ ਦੇਣੀ ਪੈਣੀ ਹੈ ਕਿ ਦੇ ਆਰ ਸਾਊਥ ਏਸ਼ੀਆਨ ਹੈਰੀਟੇਜਸ ਉਹਨਾਂ ਫਲੋਰਲਿਫੋਤਾ ਉਹਦਾ ਵੀੰਤੀ ਪਰਵਾਹ ਨਹੀਂ ਹੋਈ ਹੈ ਜੀ ਹਾਂ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਸਬਸ ਜਿਹੜਾ ਰੈਪਰੈਸਿਵ ਹੈਗਾ ਬਟ ਅਗੇਨ ਰਾਜੀ ਫਿਰ ਕਿਵੇਂ ਆਇਡੈਂਟੀਫਾਈ ਕਿਵੇਂ ਐਡਰੈਸ ਕੀਤਾ ਜਾਵੇ ਇਸ ਨੂੰ ਤੁਸੀਂ ਪਲੂਰਲ ਦਾ ਗੱਲ ਕਹੀ ਜਿਹੜੀ ਹੈਗੀ ਇਹ ਕੀ ਇਜ਼ 댓 ਇਨ ਆਨਸਰ ਫਾਰ ਥਿਸ ਯਾ ਤੁਸੀਂ ਸਰਚ ਦੋ ਕਿ ਕੋਈ ਕਿਉਂਕਿ ਵੀ ਆਰ ਪਾਰਟ ਆਫ ਕੈਨੇਡਾ ਨਾ ਓਕੇ ਕੈਨੇਡੀਅਨਸ ਦਾ ਵੱਖਰੀ ਵੱਖਰੀ ਕਮਿਊਨਿਟੀਜ਼ ਇੱਥੇ ਆ ਕੇ ਵਸ ਰਹੀਆਂ ਹੈ ਯਾਨੀ ਉਸ ਨੂੰ ਆਇਡੈਂਟੀਫਿਕੇਸ਼ਨ ਦਾ ਇਸ਼ੂ ਆ ਜਾਂਦਾ ਹੈ ਜੀ 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 ਮੈਂ ਨਾ ਫਿਰ ਮੈਂ ਬੜੀ ਰਿਸਪੈਕਟਫੁਲੀ ਲੇ ਕੇ ਤੁਹਾਨੂੰ ਪੁੱਛਾਂਗਾ ਕਿ ਆਪਾਂ ਸਿੱਖ ਹੈਰਿਟੇਜ ਮੰਥ ਦੇ ਦੌਰਾਨ ਗੁਜ਼ਰ ਰਹੇ ਹਸਮੀਨ ਜੀ ਕੋਈ ਜਿਹੜਾ ਸੀਪੀਐਲ ਕੈਨੇਡਾ ਜੋ ਆਪਣੇ ਆਪ ਨੂੰ ਕਿਦਾ ਆਇਡੈਂਟੀਫਾਈ ਸਿੱਖੀ ਕਰੇਗਾ ਹਜੀ ਸੋ ਫਿਰ ਸਾਊਥੀਅਨ ਐਸੀ ਕਿਉਂ ਡਾਫ ਕਰਾਂਗੇ ਅ ਐਸੀ ਤਾਂ ਐਸੀ ਕਹਿੰਦੇ ਆ ਜਿਹੜਾ ਸਾਡੇ ਬਟ ਇਹਦੇ ਵਿੱਚ ਨਹੀਂ ਨਹੀਂ ਆਈ ਅਪਰੀਸ਼ੀਏਟ ਵਾਟ ਯੂ ਆਰ ਸੇਇੰਗ ਬਟ ਉਹਦੀ ਗੱਲ ਆ ਜਾਂਦੀ ਨਹੀਂ ਜੇ ਬਾਕੀ ਕਮਿਊਨਿਟੀਜ਼ ਵੀ ਹੈਗੇ ਨੇ ਨਾ ਜੀ ਉਹਦੇ ਵਿੱਚ ਹਿੰਦੂ ਕਮਿਊਨਿਟੀ ਵੀ ਹੈ ਮੁਸਲਮਾਨ ਕਮਿਊਨਿਟੀ ਵੀ ਹੈ ਸਾਰੇ ਹੈਗੇ ਨੇ ਬਿਲਕੁਲ ਸਾਡੇ ਚੜੇ ਹਿੰਦੂ ਭੱਟੇ ਵੀ ਨੇ ਨਾ ਉਹੀ ਸਵਾਲ ਜੇ ਮਨ ਨੂੰ ਕਿ ਕਰਾਂਗੇ ਤਾਂ ਤੁਸੀਂ ਕਹੋਣਗੇ ਕਹੋਗੇ ਆ ਮੈਂ ਹਿੰਦੂ ਕੈਨੇਡੀਅਨ ਇਹ 3/4 ਭੱਟੇ ਭਰਾ ਮੁਸਲਮਾਨ ਨੇ ਜਿਹੜਾ ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਏਗਾ ਤੁਸੀਂ ਆਉਣ ਉਹ ਕਹੋਗੇ ਵੀ ਆਰ ਫਰਾਉ ਮੁਸਲਮਾਨ ਕੈਨੇਡੀਅਨਸ ਤੁਸੀਂ ਜਿਹੜਾ ਹੀ ਸਾਊਥ ਈਸਟੀਅਨ ਦਾ ਲੱਕ ਵਿਆ ਇਹ ਸਿਰਫ ਸਾਨੂੰ ਪੂਰੇ ਰੰਗ ਦੇ ਲੋਕਾਂ ਨੂੰ ਕਿਉਂ ਦਿੱਤਾ ਜਾ ਰਿਹਾ ਹੈ ਹੂੰ ਹੂੰ ਤੁਸੀਂ ਕਦੀ ਇਹ ਗੱਲ ਸੁਣੀ ਐ ਸੀ ਇਨਸਟਰੀ ਯੂਰੋਪੀਅਨ ਕ੍ਰੀਡੀਅਨਸ ਵੈਸਟਰਨ ਯੂਰੋਪੀਅਨ ਇੰਡੀਅਨ ਜੀ ਸਾਡੀ ਇਸਪੈਕਟਡ ਜੂਡਿਸ਼ ਕਮਿਊਨਿਟੀ ਆ ਤੇ ਪਾਵਸਟੀਨੀਆਂ ਆ ਤੁਸੀਂ ਕਦੀ ਉਹਨਾਂ ਨੂੰ ਕਲੈਕਟਿਵਲੀ ਲਿਟਰਲੀ ਸੁਣ ਕੌਮਨ ਲੈ ਕੌਮਨ ਦੇ ਉਹਦੇ ਬਾਰੇ ਤੁਸੀਂ ਕਦੀ ਨ ਪੁੱਛ ਲਿਓ ਹਰੀਤ ਨੂੰ ਇੰਨਾ ਉਹਨਾਂ ਦਾ ਨਹੀਂ ਜਦ ਰਿਐਕਸ਼ਨ ਹੋਦਾ ਨਾ ਇੰਨੀ ਕਲੈਰਿਟੀ ਹੈ ਵਾਰਨ ਕਦੀ ਰਸ਼ੀਵ ਤੇ ਯੂਕਰੇਨ ਨੂੰ ਤੁਸੀਂ ਕਦੀ ਸੋਵੀਅਤ ਯੂਨੀਅਨ ਨਹੀਂ ਕਾਂਗਰਸ ਹਮਮ ਕਦੇ ਰਸ਼ੀਆ ਯੂਕਰੇਨ ਦਾ ਤੁਸੀਂ ਕਲੈਕਟਿਵਲੀ ਇੱਕ ਸੋਵੀਅਤ ਯੂਨੀਅਨ ਮਿਊਜ਼ੀਅਮ ਨਹੀਂ ਬਣਾਉਂਦੇ ਇੱਦੀ ਜੂਡਿਸ਼ ਸਡਿਊਰੀ ਦੇ ਸਟਾਰਟਿਡ ਕਮਿਊਨਿਟੀ ਐ ਤੇ ਪੈਰਿਸਟਿਨ ਨੇ ਉਹਨਾਂ ਦਾ ਕਲੈਕਟਿਵਲੀ ਤੁਸੀਂ ਇੱਕ ਮਿਡਲ ਏਜ ਸਟ ਵਿਜ਼ੀਅਮ ਨਹੀਂ ਬਣਾਉਂਦੇ ਹਮਮ ਚੁੱਪ ਉਹ ਚਵਾਲੇ ਹੁੰਦਾ ਕਿ ਇਸ ਸਾਡੇ ਤੇ ਕਾਤੇ ਮੇਅਰ ਹੋ ਰਹੀ ਹੈ ਸਿਰਫ ਰਾਈਟ सो अगेन एक बड़ा यू नो टॉपिक है जितने अं काफ़ी लंबी देर गलबात कर सकते हैं बट ए जेकर असी आइडेंटिफाई जो असी कर रहे हैं अपने आप सिख और हिंदू और मुस्लिम सो जेकर सब कलैक्टिव कोई लाई है तो फिर उस कहते हो कि हिंदू सिख मुस्लिम क्या किता जाए राइट ओके सो यू से दैट इफ इट इज़ इंडिविजुअल इट शुड बी इन द नेम ऑफ द कम्युनिटी ਔਰ ਅਦਰ ਰਿਲੀਜੀਅਸ ਬੈਕਗਰਾਉਂਡ ਜੇਕਰ ਵੈਸੇ ਹੈ ਤਾਂ ਫਿਰ ਐਸ ਕੈਨੇਡੀਅਨਸ ਇਸ ਇਡੈਂਟੀਫਾਈ ਕਰੀ ਜੀ 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 ਮੇਰਾ ਆਪਣਾ ਹਰਜਿੰਦਰ ਵਿਰਦੀ ਹਨ ਨਾਲ ਪਹਿਲਾ ਗੱਲ ਨਹੀਂ ਸੀ ਕਿ ਤਫਾ ਔਰ ਉਸ ਉਸ ਦਾ ਹੋਈ ਜ਼ਿਕਰ ਹੋਇਆ ਸੀ ਕਿ ਜਦੋਂ ਆਪਾਂ ਚਾਈਨਿਸ ਨੀਜ਼ਿੰਗ ਬਰੋਨੇ ਆਪ ਉਹਨਾਂ ਨਾਲ ਇਸ ਇਜਨਿਟ ਨਹੀਂ ਰੱਖਦੇ ਪਏ ਹੂੰ ਹੂੰ ਕਿਉਂਕਿ ਆਪ ਤਾਂ ਉੱਥੇ ਨਹੀਂ ਹੀ ਦਲੀਲ ਅਪਲਾਈ ਕਰ ਸਕਦੇ ਜੀ ਵੀ ਜੇ ਤੁਸੀਂ ਚਾਈਨਿਸ ਨੀਜ਼ਿੰਗ ਨੂੰ ਇਸੇਪਨ ਕਹਿ ਲਓ ਉਹਦੇ ਵਿੱਚ ਕਾਫੀ ਮੌਲ ਕਾ ਜਾਣਗੇ ਬਟ ਚਾਈਨਾ ਇਜ਼ ਚਾਈਨਾ ਜੀ ਤੈਨਾਂ ਆਪਣੇ ਆਪ ਨੂੰ ਡਪਾਈ ਨਹੀਂ ਕਰਾਉਂਦਾ ਕਿਸੇ ਹੋਰ ਤਰਾਹ। ਹਮਮ। ਇੰਡੀਆ ਇਜ਼ ਇੰਡੀਆ, ਪਾਕਿਸਤਾਨ ਇਜ਼ ਪਾਕਿਸਤਾਨ, ਬੰਗਲਾਦੇਸ਼ ਇਜ਼ ਬੰਗਲਾਦੇਸ਼। ਹਮਮ। ਖਸੂਸੀ ਆਪ ਦੇਖੋ ਕਿ ਨੇਪਾਲ, ਸ਼੍ਰੀਲੰਕਾ ਤੇ ਸੁਧਾਨਨਸਾਣ ਦੇ ਵਿੱਚ ਕੀ ਚੀਜ਼ ਕਾਮਨ ਹੈ? ਜੀ। ਇਨ ਆਲ ਆਫ ਦਾ ਫੂਡ ਮੈਲਿਸ ਨਾਲ ਲੈਂਗੁਏਜ ਮੇਰੇ ਰੀ ਔਰ ਉਸ ਖਿੱਤੇ ਵਿੱਚ ਆਪਾਂ ਨੂੰ ਪਤਾ ਭਲੀ ਭਾਂਤੀ ਤੇ ਕਿ ਕਿ ਮੈਕਸਰ ਨਾਮ ਨਹੀਂ ਵੈਸੇ ਲਾਉਂਦੇ ਕਿ ਉੱਥੇ ਪ੍ਰੈਫੈਸਰ ਨੇ ਤੇ ਪ੍ਰੈਫੈਸਰ ਨੇ। ਤੁਸੀਂ ਉਹਨਾਂ ਦੋਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਸ ਮੁਲਕ 'ਚ ਇਕੱਠੇ ਉਕੇ ਰਹੋ ਔਰ ਕੱਟੇ ਮਿਊਜ਼ੀਅਮ ਬਣਾਓ ਇਹ ਉਸ ਖੇਤ 'ਚ ਜਿੱਦੇ ਤੁਸੀਂ ਸਰਵੇ ਕਰਾਉਂਦੇ ਨਾ ਚਾਹੇ ਪੰਜਾਬ 'ਚ ਕਰਾ ਲਓ ਚਾਹੇ ਬਿਹਾਰ 'ਚ ਕਰਾ ਲਓ ਮੇਰੇ ਨਹੀਂ ਕੈਵਲ ਰੀਸਟਰਨਲ ਦਾ ਪਤਾ ਹੈ ਉਹਨਾਂ ਲੋਕਾਂ ਨੂੰ ਕੈਨੇਡਾ 'ਚ ਸਾਨੂੰ ਇਨਫਰ ਟਰਮ ਦੇ ਨਾਲ ਸੁਧਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਸੋ ਰਾਜੀ ਸਵਾਲ ਤਾਂ ਹੁੰਦਾ ਜੀ ਇਹਨਾਂ ਐਗਜ਼ਿਬਿਸ਼ਨਸ ਦਾ ਇਹਨਾਂ ਮਿਊਜ਼ੀਅਮਸ ਦਾ ਮਕਸਦ ਹੁੰਦਾ ਕਿ ਸਾਡਾ ਹੈਰਿਟੇਜ ਜੋ ਹੈਗਾ ਹੈ ਸਾਡਾ ਕਲਚਰ ਜੋ ਹੈਗਾ ਉਹ ਅੱਗੇ ਚੱਲ ਸਕੇ ਮੇਰਾ ਸਵਾਲ ਤੁਹਾਨੂੰ ਡਾਇਰੈਕਟਲੀ ਹੈ ਕਿ ਇਹੋ ਜੀ ਐਗਜ਼ਿਬਿਸ਼ਨਸ ਲਾ ਕੇ ਜਦੋਂ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਤੁਸੀਂ ਕੀ ਦੇਖ ਰਹੇ ਹੋ ਕੋਈ ਤਬਦੀਲੀ ਦੇਖ ਰਹੇ ਹੋ ਕੀ ਕੋਈ ਅਟੈਚਮੈਂਟ ਤੁਹਾਨੂੰ ਨਜ਼ਰ ਆਉਂਦੀ ਉਹਨਾਂ 'ਚ ਜਾਂ ਅੱਜ ਇਹ ਕਮਿਊਨਿਟੀ ਨੂੰ ਹੋਰ ਬਹੁਤ ਕੁਝ ਕੰਮ ਕਰਨ ਦੀ ਲੋੜ ਹੈਗੀ ਹੈ ਉਸੇ ਸਾਡੇ ਤੋਂ ਦਰਦੇ ਅਸੀਂ ਬੜਾ ਮਾਨ ਨਾਲ ਕਹਿੰਨੇ ਜੀ ਨਗਰ ਕੀਰਤਨ ਦੇ ਵਿੱਚ 5.5 ਲੱਖ ਲੋਕ ਆ ਕੇ ਇੱਥੇ ਉਹਨਾਂ ਨੇ ਖਾਲਸਾ ਦੇ ਪਰੇਡ ਵਿੱਚ ਸ਼ਿਰਕਤ ਕੀਤੀ ਉਹਨਾਂ ਨੇ ਸੰਤਾਂ ਨੇ ਜਿਸ ਤਰ੍ਹਾਂ ਸੇਵਾ ਕੀਤੀ ਕਿਤੇ ਵੀ ਅਜੋ ਜੀ ਮਿਸਾਲ ਨਜ਼ਰ ਨਹੀਂ ਆਉਂਦੀ ਬਟ ਇਨ ਦਾ ਐਂਡ ਜਿਸਦਾ ਉਹਦਾ ਕੀ ਇਹ ਸਿਰਫ ਦੇਖੋ ਅਗੇ ਹਰ ਕਿਸਮ ਦੇ ਲੋਕ ਆਉਂਦੇ ਨੇ ਕੋਈ ਖਾਨ ਨਹੀਂ ਆਂਦਾ ਕੋਈ ਗੁਰੂ ਦੀ ਬਾਣੀ ਨਾਲ ਜੁੜਨ ਲਈ ਆਂਦਾ ਹੈ ਕੋਈ ਕਿਸੇ ਵਾਸਤੇ ਆਂਦਾ ਹੈ ਪਰ ਅਲਟੀਮੇਟਲੀ ਇਹ ਮਿਊਜ਼ੀਅਮਜ਼ ਐਗਜ਼ੀਬਿਸ਼ਨਜ਼ ਦਾ ਮਕਸਦ ਕੀ ਹੈਗਾ ਤੇ ਇਹ ਨਾ ਚੁਕੀ ਜੋ ਅਸੀਂ ਪ੍ਰਾਪਤੀ ਕਰਨਾ ਚਾਹੁੰਨੇ ਆ ਕਿ ਅਸੀਂ ਕਰ ਸਕ ਰਹੇ ਹਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਅ ਯਾਰ ਜੀ ਦਿਖੋ ਇਹ ਪੀ ਇੰਗਲੈਂਡ ਚ ਜਾ ਕੇ ਮਿਊਜ਼ੀਅਮ ਦੇਖਦੇ ਰਹੇ ਹਾਂ ਔਰ ਉਹੀ ਰੀਤ ਜਿਹੜੀਆਂ ਚੀਜ਼ਾਂ ਨੇ ਪਹਿਲਾਂ ਮੈਂ ਜਦੋਂ ਦੀ ਤੁਹਾਨੂੰ ਦੱਸੀ ਮੈਂ ਸੋਚਣਾ ਨਹੀਂ ਇਹ ਚੋਰੀ ਕਰਕੇ ਨਹੀਂ ਆਏ ਪਰ ਮੈਂ ਹੁਣ ਜਦੋਂ ਜਿਹੜੇ ਜਿਹੜਾ ਆਪਣੀ ਉਮਰ ਵਾਦਰੀ ਆ ਸੋਚਣੀ ਵੀ ਚੇਂਜ ਹੋ ਰਹੀ ਆ ਹੁਣ ਮੈਂ ਦੇਖਦਾ ਆ ਕਿ ਜੇ ਨਾ ਲਿਆਂਦੇ ਤੇ ਇਹ ਕੁਦੂਸੀਆਂ ਜੜ ਜਾਣੀਆਂ ਸੀਗੀਆਂ ਜਾਂ ਗਵਾਟ ਜਾਣੀਆਂ ਸੀਗੀਆਂ ਜਾਂ ਕਿਸੇ ਦੇ ਗਵਾਟ ਜੜੀਆਂ ਸੀ ਜਿਹੀ ਵਜ੍ਹਾ ਕਰਕੇ ਸੋ ਜਿਹੜੀ ਇਹ ਇਹਨੂੰ ਮੈਂ ਇਸ ਤਰ੍ਹਾਂ ਕਹਿਣਾ ਉਹ ਲੱਗੇ ਜਿਹੜੀਆਂ ਕੌਮਾਂ ਆਪਣਾ ਵਿਰਸਾ ਤੇ ਵਿਰਾਸਤ ਵਰ ਰੱਖਦੀਆਂ ਨੇ ਔਰ ਉਸ ਵਿਰਸੇ ਤੇ ਵਿਰਾਸਤ ਨੂੰ ਆਪਣੇ ਮਨਸਕ ਦਾ ਭਾਗ ਬਣਾਉਂਦੀਆਂ ਨੇ ਜੀ ਤੇ ਆਉਣ ਵਾਲੀ ਪੀੜ੍ਹੀਆਂ ਦੇ ਸਰਮੋਖ ਹਰਦੀਆਂ ਨੇ ਉਹਨਾਂ ਕੌਮਾਂ ਦੇ ਸਰੂਪ ਤੇ ਸਦਾਤ ਕਦੀ ਨਹੀਂ ਗਵਾਟਦੇ ਠੀਕ ਹੈ। ਪਰ ਜਿਹੜੀਆਂ ਆਪਣੇ ਵਿਰਸੇ ਤੇ ਵਿਰਾਸਤ ਉੱਪੇ ਥੋੜ੍ਹ ਲੰਦੀਆਂ ਨੇ ਉਹਨਾਂ ਦਾ ਖੁਰਾ ਹੋ ਜੀ ਨਹੀਂ ਲੱਗਦਾ ਫਿਰ। ਸੋ ਉਹੀ ਮੇਰਾ ਸਵਾਲ ਕੀ ਅਸੀਂ ਕਾਮਯਾਬ ਹੋ ਰਹੇ ਹਾਂ ਜੀ ਉਸ ਵਿਰਾਸਤ ਨੂੰ ਅੱਗੇ ਲਿਜਾਣ ਦੇ ਵਿੱਚ ਕੀ ਨੌਜਵਾਨ ਪੀੜ੍ਹੀ ਨੂੰ ਅਸੀਂ ਜੋੜ ਸਕ ਰਹੇ ਹਾਂ ਉਸ ਇਤਿਹਾਸ ਨਾਲ ਔਰ ਜੋ ਗੌਰਵਮਈ ਸਾਡਾ ਵਿਸ਼ਾਲ ਇਤਿਹਾਸ ਹੈਗਾ ਇਹਨਾਂ ਐਗਜ਼ੀਬਿਸ਼ਨਸ ਦੇ ਰਾਹੀਂ ਕੀ ਇਹ ਉਹ ਮੈਸੇਜ ਅਸੀਂ ਪਰਕੂਲੇਟ ਕਰ ਸਕ ਰਹੇ ਹਾਂ ਡਾਊਨ ਜਾਂ ਅਜੇ ਸਾਨੂੰ ਹੋਰ ਕੰਮ ਕਰਨ ਦੀ ਲੋੜ ਹੈ। ਹਾਂ ਅਜੇ ਇੰਪਰੂਵਮੈਂਟ ਦੀ ਤਾਂ ਹਮੇਸ਼ਾ ਹੀ ਜਗ੍ਹਾ ਹੁੰਦੀ ਹੈ ਜੀ। ਦਿਲਵਿਨੋਥਿੰਗ ਪਰਫੈਕਟ ਹੈ ਨਾ। ਪਰ ਜਿਸ ਤਰ੍ਹਾਂ ਕੈਨੇਡਾ ਛੋ ਰਿਆ ਚਾਹੇ ਉਹ ਹਿੰਦੂ ਧਰਮ ਬਾਰੇ ਹੋ ਰਿਹਾ ਚਾਹੇ ਮੁਸਲਮਨ ਚਾਹੇ ਸਿੱਖ ਧਰਮ ਬਾਰੇ ਹੋ ਰਿਹਾ ਔਰ ਕਾਫੀ ਵਾਰੀ ਗੱਲ ਹੋ ਰਹੀ ਆ ਹਰ ਇੱਕ ਧਰਮ ਬਾਰੇ ਔਰ ਇਤੀ ਕੱਲਾ ਆਪਣੇ ਬਾਰੇ ਨਹੀਂ ਲਰਨ ਕਰ ਰਹੇ ਅਸੀਂ ਦੂਜੇ ਧਰਮਾਂ ਬਾਰੇ ਵੀ ਲਰਨ ਕਰ ਰਹੇ ਆ ਜੀ ਦੂਜੀਆਂ ਥੌਟਸ ਬਾਰੇ ਵੀ ਲਰਨ ਕਰ ਰਹੇ ਆ ਸੋ ਉਸ ਕਰਕੇ ਸਾਡਾ ਜਿਹੜੀ ਇਹ ਖੂਬਸੂਰਤ ਧਰਤੀ ਆ ਇਹ ਬਹੁਤ ਅੱਛਾ ਮਾਹੌਲ ਹੈ ਇਥੇ ਇਹ ਇਨ ਐਗਜ਼ੀਬਿਸ਼ਨਸ ਹੋ ਇਨ ਜਿਹੜੇ ਕਲੀਨਿਕਸ ਹੁੰਦੇ ਆ ਵਰਕਸ਼ਾਪਸ ਹੁੰਦੀਆਂ ਨੇ ਅਸੀਂ ਜ਼ਰੂਰ ਕੁਝ ਨਾ ਕੁਝ ਸਿੱਖਦੇ ਆ ਔਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇੰਪਰੂਵਮੈਂਟ ਥਰ ਇਜ਼ ਆਲਵੇਸ ਰੂਮ ਫॉर ਇੰਪਰੂਵਮੈਂਟ ਜੀ ਇੰਪਰੂਵਮੈਂਟ ਦਾ ਮਤਲਬ ਔਰ ਇਹ ਲਗਾਤਾਰ ਜਾਰੀ ਰਹੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਰਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਕੱਟ ਕੇ ਤੁਸੀਂ ਸਾਡੇ ਨਾਲ ਇਹ ਵਿਚਾਰ ਸਾਂਝੇ ਕੀਤੇ ਨੇ ਐਨੀਥਿੰਗ ਇਨ ਕਨਕਲੂਜਨ ਅਮ ਆਪਾ ਜੀ ਕੈਨੇਡਾ ਨੂੰ ਸਟਰੋਂਗ ਬੜਾਈਏ ਜੀ ਬਸ ਇਹੀ ਇਹੀ ਰਿਪੋਰਟ ਆਫ ਜੀ ਬਹੁਤ ਕੁਝ ਜੀ ਬਹੁਤ ਬਹੁਤ ਅਨਵਾਜ ਜੀ ਥੈਂਕ ਯੂ ਫॉर ਯਰ ਟਾਈਮ ਵੀ ਥੈਂਕ ਯੂ ਜੀ ਥੈਂਕ ਯੂ